ਔਰ ਸਲਾਨ ਪਿਛਲੇ ਦਿਹਾੜੇ ਅਸੀਂ ਇੱਕ ਪੰਜਾਬੀ ਚ ਪ੍ਰੋਗਰਾਮ ਕੀਤਾ ਹੀ ਲਤੀਫੇ ਦਾ ਬਿਲਕੁਲ ਜੀ ਬਿਲਕੁਲ ਪੰਜਾਬੀ ਨਾਜ਼ਰੀਨ ਉਹਨੂੰ ਬੜਾ ਪਸੰਦ ਕੀਤਾ ਮਾਸ਼ਾਅੱਲਾ ਯਾਰ ਉਸ ਦਿਨ ਅੱਲਾ ਜਿਤਨੇ ਕਮੈਂਟ ਹਾਲਾਂਕਿ ਬੜੀ ਛੋਟੀ ਜੀ ਵੀਡੀਓ ਹੀ ਇੱਕ ਲਤੀਫਾ ਆਈ ਬਿਲਕੁਲ ਤੇ ਉਸ ਨੂੰ ਯਾਰ ਨਾ ਬੜਾ ਪਸੰਦ ਕੀਤਾ ਗਿਆ ਇੰਤਹਾ ਦਾ ਪਸੰਦ ਕੀਤਾ ਗਿਆ ਉਸ ਦੇ ਉੱਤੇ ਜਿਹੜੇ ਤੱਲੇ ਕਮੈਂਟਸ ਵਗੈਰਾ ਹਨ ਸਾਡੀ ਸਾਰੀ ਵੀਡੀਓ ਨਾਲੋਂ ਤੱਲੇ ਜ਼ਿਆਦਾ ਸ਼ੇਅਰਿੰਗ ਉਹਦੀ ਜ਼ਿਆਦਾ ਹੋਈ ਹੈ ਸ਼ੁਕਰੀਆ ਨਵਾਜ਼ਿਸ਼ ਲਾਜ਼ਮੀ ਗੱਲ ਹੈ ਉਹ ਤੇ ਨਾਜ਼ਰੀਨ ਦਾ ਤੁਸੀਂ ਸ਼ੁਕਰੀਆ ਅਦਾ ਕਰਨਾ ਜਿਹੜੇ ਸਾਨੂੰ ਸ਼ੁਕਰੀਆ ਨਵਾਜ਼ੇ ਤੁਹਾਡੇ ਪਿਆਰ ਮੁਹੱਬਤ ਦਾ ਸ਼ੁਕਰੀਆ ਤੇ ਬੜੀ ਅੱਲਾਹ ਤਾਲਾ ਤੁਹਾਡੇ ਜ਼ੋਕ ਨੂੰ ਸਲਾਮਤ ਰੱਖੇ ਸਲਾਮਤ ਰੱਖੇ ਤੇ ਲੋਕਾਂ ਦਾ ਯਾਰ ਨਾ ਇੱਕ ਬੜਾ ਹੈ ਕਿ ਤੁਸੀਂ ਨਾ ਇੱਕ ਹੋਰ ਜੀ ਵੀਡੀਓ ਬਣਾਓ ਇੱਕ ਹੋਰ ਪੰਜਾਬੀ ਦੀ ਵੀਡੀਓ ਹੋਵੇ ਤੇ ਲਤੀਫਾ ਹੋਵੇ ਲਤੀਫਾ ਹੋਵੇ ਤੇ ਅੱਛਾ ਅਸੀਂ ਜਿਹੜਾ ਕੱਲ ਇੱਕ ਵੀਡੀਓ ਕੀਤੀ ਹੈ ਹਾਕੀ ਦੇ ਉੱਤੇ ਹਾਂ ਅਸੀਂ ਇੱਕ ਫੈਕਟਸ ਐਂਡ ਫਿਗਰ ਦੇ ਨਾਲ ਨਾਲ ਉਹ ਜਿਹੜੇ ਉਹਦੇ ਰਿਕਾਰਡ ਬਣੇ ਹਨ ਹਾਤ ਮਾਜ਼ੀ ਦੇ ਵਿੱਚ ਇੱਕ ਰੋਸ਼ਨ ਮਾਜ਼ੀ ਆਈ ਨਾ ਬਿਲਕੁਲ ਤਾਬਨਾਕ ਹਾਕੀ ਦਾ ਤਾਬਨਾਕ ਤੇ ਰੋਸ਼ਨ ਬਿਲਕੁਲ ਤੁਸੀਂ ਉਹਦੇ ਉੱਤੇ ਵੀਡੀਓ ਕਿਵੇਂ ਕੀਤੀ ਹੈ ਤੇ ਉਸ ਦੇ ਰਿਲੇਟਡ ਤੁਸੀਂ ਇੱਕ ਦਫਾ ਨਾ ਮੈਨ ਲਤੀਫਾ ਸੁਣਾਇਆ ਹਾਕੀ ਦੇ ਉੱਤੇ ਬਿਲਕੁਲ ਜੀ ਮੈਂ ਬੜਾ ਮੈਨੂੰ ਬੜਾ ਮਜ਼ਾ ਆਇਆ ਹੀ ਤਮਾ ਜਾਨ ਨਾ ਕਿ ਉਸ ਵੀਡੀਓ ਨੂੰ ਤੁਸੀਂ ਨਾਲ ਰਿਲੇਟ ਕਰਦੇ ਨਾ ਤੁਸੀਂ ਆ ਜੋ ਲਤੀਫਾ ਸਾਡੇ ਨਾਜ਼ਰੀਨ ਨੂੰ ਸੁਣਾਓ ਬਿਲਕੁਲ ਜੀ ਤਾਂ ਕਿ ਉਹਨਾਂ ਨੂੰ ਹਾਕੀ ਦਾ ਜਿਹੜਾ ਕਿਤਾਬਨਾਕ ਖਾਈ ਨਾ ਦੌਰ ਉਹ ਵੀ ਯਾਦ ਆਵੇ ਔਰ ਉਹ ਆਨੰਦ ਹਿੱਸੇ ਮਿਜ਼ਾ ਦੇ ਫੜ ਕੇ ਬਿਲਕੁਲ ਜੀ ਇੰਜ ਦੀ ਗੱਲ ਹੈ ਗੱਲ ਇੰਜ ਭਾਈ ਸ਼ਮਸ ਇਹ ਜਿਹੜਾ ਵਕੂ ਹੈ ਨਾ ਜੀ ਇਹ ਤੁਹਾਡੇ ਤੇ ਮੇਰੇ ਪੈਦਾ ਹੋਣ ਤੋਂ ਬਹੁਤ ਪਹਿਲੇ ਦਾ ਹੈ ਪਹਿਲੀ ਗੱਲ ਹੋ ਗਈ ਤੋਂ ਇਸ ਗੱਲ ਦਾ ਸ਼ਾਇਦ ਅੱਛਾ ਇਹ ਵਕੂਆ ਹੈ ਜਾਂ ਮੈਚ ਹੈ ਵਕੂਆ ਤੇ ਮੈਚ ਕੋਈ ਗੱਲ ਹੈ ਨਾ ਕਿਉਂਕਿ ਇਹਦੇ ਚ ਕੁਝ ਨਾ ਕੁਝ ਹਕੀਕਤ ਵੀ ਹੈ ਹੂੰ ਤੁਸੀਂ ਇਹਨੇ ਆ ਸਕਦੇ ਬਈ ਸਰਾਸਰ ਕਹਾਣੀ ਹੈ ਕੁਝ ਨਾ ਕੁਝ ਇਹਦੇ ਹਕੀਕਤ ਅੱਛਾ ਇਹ ਜਿਹੜਾ ਤੁਸੀਂ ਸੁਣਾਉਣ ਲੱਗੇ ਹੋ ਇਹ ਸਿਰਫ ਲਤੀਫਾ ਜਾਂ ਕੋਈ ਕਹਾਣੀ ਨਹੀਂ ਇਹ ਇਹ ਕੁਝ ਹਕੀਕਤ ਵੀ ਹੈ ਮਤਲਬ ਇਹ ਨਹੀਂ ਹੈ ਵਈ ਸਰਾਸਰ ਝੂਠ ਇੱਕ ਬਿਲਕੁਲ ਗਲਤ ਗੱਲ ਹੈ ਇਹਦੇ ਕੋਈ ਨਾ ਕੋਈ ਹਕੀਕਤ ਹੈ ਅੱਛਾ ਅੱਛਾ ਮੈਂ ਨਾ ਤੁਹਾਨੂੰ ਵੀ ਹੋ ਸਕਦਾ ਤੁਸੀਂ ਕਿਸੇ ਕੋਲ ਸੁਣਿਆ ਹੋਵੇ ਲੇਕਿਨ ਮੈਂ ਕਈ ਬੰਦਿਆਂ ਕੋਲ ਸੁਣਿਆ ਨਾ ਵਈ ਇੱਕ ਵਕਤ ਵਿੱਚ ਸਾਡੇ ਆਪਣੇ ਸਹਿਲ ਸ਼ਹਿਰ ਸਈਵਾਲ ਹੀ ਬੜੀ ਹਾਕੀ ਖੇਡੀ ਵੈਂਦੀ ਆਈ ਯਾਨੀ ਕਿ ਇਹ ਮੈਂ ਗੱਲ ਕਰੇਂਦਾ ਪਿਆਸ ਤੁਸੀਂ ਸਮਝ ਲਓ 80 ਦੀ ਦਿਹਾਈ ਦੀ 70 ਤੇ 80 ਦੇ ਪੇਟੇ ਵਿੱਚ ਹਾਕੀ ਬੜਾ ਖੇਡਾਂ ਵੈਂਦੀ ਬਲਕਿ ਮੈਨੂੰ ਵੀ ਯਾਦ ਹੈ ਤੁਹਾਨੂੰ ਵੀ ਯਾਦ ਅਸੀ ਯਾਰ ਸਾਡੇ ਘਰ ਦੇ ਨਾਲ ਗਰਾਊਂਡ ਹੀ ਪੋਲ ਬਣੇ ਹੋ ਯਾਰ ਤੁਹਾਨੂੰ ਯਾਦ ਹੈ ਮੈਂ ਤਾਂ ਆਪ ਵੇਖੇ ਉਹ ਮੈਚ ਉਹਦੇ ਵੇਖੇ ਉਹ ਹਾਕੀ ਦੇ ਪੋਲ ਹਾਕੀ ਦੇ ਹਨ ਪੋਲ ਯਾਦ ਨਹੀਂ ਆ ਹਾਕੀ ਇਹਦਾ ਮਤਲਬ ਇਹ ਹਾਕੀ ਖੇਡ ਹੀ ਵੈਂਦੀ ਹੈ ਤੇ ਜਿਹੜਾ ਮੈਂ ਤੁਹਾਨੂੰ ਗੱਲ ਤੇ ਦੱਸੇ ਨਾ ਇਹ ਉਸ ਤੋਂ ਵੀ ਪਹਿਲੇ ਦੀ ਹੈ ਤੁਸੀਂ ਇੰਜ ਸਮਝੋ ਵਈ ਇਹ ਨਾ ਪਾਕਿਸਤਾਨ ਬਣਨ ਤੋਂ ਹੀ ਪਹਿਲੇ ਦੀ ਹੈ ਤੇ ਤਾਂ ਇਸ ਗੱਲ ਦੇ ਬੜਾ ਇਲਾਮ ਹੈ ਵਈ ਸਾਡਾ ਜਿਹੜਾ ਸਾਈਵਾਲ ਆਈ ਨਾ ਇਹ ਪਾਰਟੀਸ਼ਨ ਤੋਂ ਪਹਿਲੇ ਬਹੁਤ ਇੱਕ ਡਾਈਵਰਸ ਕਿਸਮ ਦੀ ਨਾ ਕਮਿਊਨਿਟੀ ਆਈ ਡਾਈਵਰਸ ਹੋਣ ਪੰਜਾਬੀ ਇਸ ਕੀ ਅਕਸਾਂ ਜੇ ਨਾਜ਼ਰੀਨ ਚਲੋ ਜਿਹੜੇ ਸਈਵਾਲ ਦੇ ਸਾਡੇ ਸਬਸਕ੍ਰਾਈਬਰ ਉਹਨਾਂ ਨੂੰ ਪਤਾ ਲੱਗਵੇ ਅਸੀਂ ਕਿਹੜੇ ਸਈਵਾਲ ਦੀ ਗੱਲ ਕਰ ਰਹੇ ਹਾਂ ਲੇਕਿਨ ਜਿਹੜੇ ਸਾਡੇ ਬਾਹਰ ਦੇ ਸਬਸਕ੍ਰਾਈਬਰ ਹਨ ਉਹਨਾਂ ਨੂੰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਸਈਵਾਲ ਮਿੰਡ ਗੁਮਰੀ ਦੀ ਗੱਲ ਨਾ ਨਾ ਕਰ ਇਹ ਸਾਡਾ ਸਈਵਾਲ ਹੈ ਜਿਹਨੂੰ ਛੋਟਾ ਸਈਵਾਲ ਆਦਿ ਸਰਗੋਦ ਦੀ ਤਹਿਸੀਲ ਤਹਿਸੀਲ ਜੇਲਮ ਦੇ ਕਿਨਾਰੇ ਉਹ ਜੇਲਮ ਕਿਨਾਰੇ ਤੇ ਰਾਵੀ ਦੇ ਕਿਨਾਰੇ ਇਹ ਜੇਲਮ ਦੇ ਕਿਨਾਰੇ ਠੀਕ ਹੈ ਜਿਹੜਾ ਪੁਰਾਣਾ ਸਾਈਵਾਲ ਅਸਲ ਸਾਈਵਾਲ ਹੈ ਉਸ ਰਗੋਧ ਦੀ ਇਹ ਤਹਿਸੀਲ ਹੈ ਉਹ ਇਹ ਸਾਈਵਾਲ ਹੈ ਬਿਲਕੁਲ ਬਿਲਕੁਲ ਲੇਕਿਨ ਇਹ ਮਿੰਟ ਗੁਮਰੀ ਦਾ ਨਾਮ ਜਿਹੜਾ ਹੈ ਉਸ ਨੂੰ ਇਹਨਾਂ ਤਬਦੀਲ ਕਰਕੇ ਸਾਈਵਾਲ ਕਿਉਂ ਸਾਈਵਾਲ ਦੀ ਗੱਲ ਨਹੀਂ ਹੈ ਲੇਕਿਨ ਇਹ ਬਾਤ ਹੈ ਇੱਕ ਵਾਰ ਕਦੀ ਇਸ ਤੇ ਗੱਲ ਕਰ ਸਾਵੇ ਕਿਹੜਾ ਪੁਰਾਣਾ ਸਾਈਵਾਲ ਹੈ ਲੇਕਿਨ ਫਿਲਹਾਲ ਚੋਂ ਕਿ ਇਹ ਉਸ ਦੌਰ ਦੀ ਗੱਲ ਹੈ ਜਦੋਂ ਨਾ ਤੁਹਾਨੂੰ ਇਹ ਹੁਣ ਵੀ ਕਈ ਇੱਥੇ ਨਿਸ਼ਾਨੀਆਂ ਮੌਜੂਦ ਹਨ ਮੰਦਰ ਕਿੰਨੇ ਸਈਵਾਲੇ ਛੋਣ ਵੀ ਮੰਦਰ ਮੌਜੂਦ ਹਨ ਤੇ ਇਸ ਗੱਲ ਦੀ ਮਤਲਬ ਬਾਰਹਾ ਤਸਦੀਕ ਹੋ ਚੁੱਕੀ ਹੈ ਭਾਈ ਤੁਹਾਡੀ ਕਮਿਊਨਿਟੀ ਜਿਹੜੀ ਹੈ ਉਹਦੇ ਮੁਸਲਮਾਨ ਵੀ ਹਨ ਸਿੱਖ ਵੀ ਹਨ ਹਿੰਦੂ ਵੀ ਹਨ ਇਸਾਈ ਤਾਂ ਹੁਣ ਵੀ ਮੌਜੂਦ ਹਨ ਹਿੰਦੂ ਇਸਾਈ ਸਿੱਖ ਸਈਵਾਲ ਬਾਰਤ ਲਤੀਫੇ ਦੇ ਤਰਫ ਆਓ ਲਤੀਫਾ ਇਹ ਜੇ ਭਈ ਉਹ ਬੇਸਿਕਲੀ ਜਿਹੜਾ ਹੈ ਇਹ ਇੱਕ ਚੈਲੰਜ ਕਿਸਮ ਦਾ ਮੈਚ ਹੋਇਆ ਮੁਸਲਮਾਨਾਂ ਤੇ ਸਿੱਖਾਂ ਦਾ ਅੱਛਾ ਇੱਕ ਚੈਲੰਜ ਮੈਚ ਹੋ ਗਿਆ ਮੁਸਲਮਾਨਾਂ ਤੇ ਸਿੱਖਾਂ ਦਾ ਠੀਕ ਹੈ ਉਹ ਸਿੱਖ ਜਿਹੜਿਆਂ ਨਾ ਜੀ ਉਹਨਾਂ ਆਪਣੀ ਟੀਮ ਬਣਾ ਲਈ ਜ਼ਾਹਰੀ ਗੱਲ ਸਿਰਫ ਸਈਵਾਲ ਦੇ ਤਾਂ ਨਾ ਹੁੰਸੇ ਨਾ ਪੂਰਾ ਪੂਰਾ ਹੀ ਉਹਨਾਂ ਬੰਦੇ ਬੁਲਾ ਲਿਆ ਹਮ ਹਮ ਇੰਜ ਆਕਮਤ ਮੁਸਲਮਾਨਾਂ ਹੀ ਜਿਹੜੇ ਨਾ ਜੀ ਉਹਨਾਂ ਬੰਦੇ ਇਕੱਠੇ ਕਰ ਲਈ ਇਲਾਕੇ ਚ ਹੁਣ ਜਿਹੜਾ ਸਾਡਾ 라ਵੀ ਹੈ 라ਵੀ ਬੇਸਿਕਲੀ ਉਸ ਮੈਚ ਦੇ ਵਿੱਚ ਆਪ ਖੇਡ ਰਿਹਾ ਠੀਕ ਹੈ ਜੀ ਉਹ ਆਪ ਮੈਚ ਖੇਡ ਰਿਹਾ ਤੇ ਖੇਡਣ ਤੋਂ ਬਾਅਦ ਜਿਹੜਾ ਨਾ ਉਹ ਆਪਣੀ ਯਾਦਦਾਸ਼ਤਾਂ ਚ ਕਦੀ ਇਹ ਗੱਲ ਸੁਣਾਈਏ ਕਿ ਨਾ ਨੂੰ ਮੈਨ ਨਹੀਂ ਸੁਣਾਈ ਲੇਕਿਨ ਕਿਹਨਾਂ ਬੰਦਿਆਂ ਨੂੰ ਸੀਨਾ ਬਸੀਨਾ ਚੱਲਿਆ ਇਹ ਸੀਨਾ ਬਸੀਨਾ ਚੱਲਦਾ ਪੈ ਠੀਕ ਹੈ ਜੀ ਉਹ ਹੁਣ ਜਿਹੜਾ ਹੈ ਨਾ ਜੀ ਕਲਾਮ ਸ਼ਾਇਬਾ ਜ਼ਬਾਨੇ ਸ਼ਾਇਰ ਠੀਕ ਹੈ ਜੀ ਹੁਣ ਇਹ ਉਹਨਾਂ ਦੇ ਅਲਫਾਜ਼ ਹੁਸੇ ਭਾਈ ਇਹ ਜੇ ਮੁਸਲਮਾਨਤ ਸਿੱਖਾਂ ਦਾ ਪੈ ਗਿਆ ਮੈਚ ਠੀਕ ਹੈ ਜੀ ਹਾਕੀ ਦਾ ਜਣੇ ਸਦੀ ਆਏ ਹਮ ਠੀਕ ਹੈ ਜੀ ਜਣੇ ਸਦੀ ਆਏ ਤੁਹਾਡਾ ਬਾਬਾ ਵੀ ਸਦੀ ਆਇਆ ਇਦੂ ਆਗ ਹੈ ਜੀ ਸਿੱਖ ਤੇ ਇਦੂ ਆਗ ਹੈ ਮੁਸਲਮਾਨ ਮੈਚ ਭਾਈ ਸ਼ੁਰੂ ਹੋ ਗਿਆ ਮੈਚ ਜਨਾਬ ਸ਼ੁਰੂ ਹੋਇਆ ਤੇ ਇੱਕ ਵਾਰੀ ਤੋਂ ਬੜਾ ਜੜਾ ਹੈ ਨਾ ਜੀ ਹੱਲਾ ਬੋਲਿਆ ਬੜੇ ਗੋਲ ਤੇ ਬੜੀ ਕੋਸ਼ਿਸ਼ ਕੀਤੀ ਕਾਮਯਾਬਸ ਹੁੰਦਾ ਨਹੀਂ ਹੋਣ ਦਿੱਤਾ ਲੇਕਿਨ ਇੱਕ ਵਾਰੀ ਜਿਹੜੀ ਨਾ ਜੀ ਕੋਸ਼ਿਸ਼ ਉਹਨਾ ਬੜੀ ਕੀਤੀ ਅਸਾਂ ਆਖੇ ਭਾਈ ਗਾਲ ਤਾਂ ਕਾਇ ਨਹੀਂ ਇੰਤਾ ਅਸਾਂ ਲੈਿੰਦੇ ਪੈ ਤੇ ਹਰਦੇ ਪੈ ਖੈਰ ਜਾਣੇ ਅਸਾਂ ਪਿੱਛੇ ਹਟ ਕੇ ਜਾਣੇ ਨਾ ਇੱਕ ਵਾਰੀ ਕਬੜੀ ਕੇ ਤੇ ਬਰਲੀ ਕੇ ਕੀਤਾ ਹਟਾ ਮੈਂ ਜਿਹੜੇ ਮਾਰੀਆਂ ਨਾ ਹਾਕੀਆਂ ਉਹਨਾਂ ਦੇ ਗਿੱਟਿਆਂ ਤੇ ਭਾਈ ਜਿਹਨੇ ਪੈ ਭੜੇ ਤੇ ਹੱਟੇ ਪਿੱਛੋਂ ਮੈਂ ਭਾਈ ਗੋਲ ਤੋਂ ਗੋਲ ਅੱਛਾ ਮੈਂ ਭਾਈ ਗੋਲ ਤੋਂ ਗੋਲ ਤੇ ਅਗਲੀ ਜਿਹੜੀ ਗੱਲ ਬਾਬਾ ਉਹ ਕਰੇਂਦੇ ਨਾ ਜੀ खुद नु ਛੱਟ ਮਾਰਿਆ ਨਾ ਤੇ ਜਣੇ ਘੋੜਿਆਂ ਤੇ ਵਨ ਕੇ ਚਾ ਲੈ ਆਂਦਿਆਂ ਉੱਛਾ ਯਾਨੀ ਗਰਾਊਂਡ ਤੋਂ ਬਾਸ ਜਿਹੜੀ ਪਤਾ ਨਹੀਂ ਕਿਤਨ ਕਿਥੋਂ ਕਿਥੋਂ ਤੱਕ ਵਹਿੰਦੀ ਪਤ ਨਹੀਂ ਜਾਨਾ ਨਾ ਤਾਕਤਾਂ ਤੈਨੂੰ ਪਤਾ ਵਦ ਉਸ ਦੌਰ ਦੀਆਂ ਖੁਰਾਕਾਂ ਉਸ ਦੌਰ ਦੀਆਂ ਜਵਾਨੀਆਂ ਬਾਤ ਖੈਰ ਹੀ ਮੈਚ ਹੋਣਿਆ ਬਾਪੀ ਹੋਣਾ ਬਾਸ਼ 골 ਕਰ ਕਰ ਕੇ ਬਰਕਸ ਕਾਟ ਦਿੱਤਾ ਉਹ ਮੈਚ ਛੋੜ ਕੇ ਨਸ ਗਿਆ ਸਿੱਖ ਸਿੱਖ 골 ਇਤਨੇ ਢੇਰ ਹੋ ਗਏ ਉਹਨਾਂ ਕਹ ਬਈ ਇਹ ਤਾਂ ਸਾਡੇ ਵਾਸਤੇ ਕੰਮ ਹੀ ਨਹੀਂ ਰਹਿ ਗਏ चार्ड कप हाच है ना, रिकार्ड रिकार्ड रिकार है ना ए एक मैन लतीफा तना ਪਰ ਜਿਹੜਾ ਨਾ ਚਸ ਹਾਈਏ ਜਿਹੜਾ ਗੇਂਦ ਜਿਹੜਾ ਘੋੜਿਆਂ ਤੇ ਵਾਣੀ ਕਿ ਨਹੀਂ ਤੇ ਕੋਈ ਆਮ ਜਿਹੀ ਗੱਲ ਹੈ ਭਲਾ ਤੂੰ ਤੇ ਮੈਸਟੀਏ ਤਾਂ ਸਾਡੇ ਕੋਲੋਂ ਤੇ ਗੋਲ ਨਾ ਹੋਵੇ ਸਾਡੇ ਕੋਲ ਗੋਲ ਛੋੜ ਸਾਡੇ ਕੋਲ ਤਾਂ ਗਰਾਊਂਡ 'ਚ ਨਾ ਗੇਂਦ ਵੰਨ ਨਿਕਲੇ ਤੇ ਉਹ ਬਾਬਾ ਜਿਹੜੀ ਸੱਟ ਕਰੇਂਦਾ ਤੇ ਵੈਂਦੇ ਜਣੇ ਚਾਲੀ ਇੱਕ ਵਾਰ ਘੋੜਿਆਂ ਤੇ ਆਂਦਿਆਂ ਕੋਈ ਤਵਾ ਥਾਈ ਨਾ ਕੋਈ ਹਾਈ

ਲੇਕਿਨ ਹਕੀਕੀ ਹਕੀਕੀ ਤੇ ਅਕਲ ਖਿਆਲ ਤੋਂ ਬਾਹਰ ਤੁਸੀਂ ਮਨ ਵੀ ਨਹੀਂ ਸਕਦੇ ਭਾਈ ਇੰਜ ਵੀ ਹੋਇਆ ਉਸ ਕਿਉਂ ਕਿਤਾਬ ਵੀ ਸ਼ਕਲ ਵਿੱਚ ਨਹੀਂ ਆਏ ਨਹੀਂ ਆਏ ਸੀਨਾ ਬਸੀਨਾ ਜਿਹੜੇ ਨਾ ਜੀ ਬੜੇ ਚੰਗੇ ਸਿਆਸੀ ਜਿਹੜੇ ਨਾ ਸਾਡੇ ਨਾਜ਼ਰੀਨ ਸੁਣਦੇ ਬਿਲਕੁਲ ਜੀ ਇਹ ਆਪ ਸੁਣਵਾਈ ਸੀ ਅਗਰ ਤੁਹਾਨ ਅੱਜ ਦਾ ਇਹ ਲਤੀਫਾ ਨੂੰ ਲਤੀਫਾ ਨੂੰ ਮਾ ਕਿਸਾ ਅਗਰ ਪਸੰਦ ਆਇਆ ਹੋਵੇ ਤਾਂ ਸਾਡਾ ਚੈਨਲ ਲਾਜ਼ਮੀ ਸਬਸਕ੍ਰਾਈਬ ਕਰਿਆ ਅੱਗੇ ਵੀ ਤੁਹਾਨੂੰ ਅਸੀਂ ਇਹ ਜਰ ਲਤੀਫੇ ਲਤੀਫੇ ਜ਼ਰੂਰ ਸੁਣਸਾ ਜ਼ਰੂਰ ਤੇ ਅਰਸਲਾਨ ਤੇ ਮੈਂ ਇਜਾਜ਼ਤ ਦਿਓ ਅੱਲਾ ਹਾਫਿਜ਼ ਰੱਬ ਰੱਖਾ ਰੱਬ ਰੱਖਾ